ਅੰਮ੍ਰਿਤਸਰ ਦੇ ਵਿੱਚ ਇੱਕ ਖਾਸ ਕਿਸਮ ਦੀ ਚਾਹ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਣ ਲਿਆਏ ਹਾਂ। ਅਕਸਰ ਚਾਹ ਦਾ ਰੰਗ ਕਹਿ ਸਕਦੇ ਹਾਂ ਕਿ ਗੂੜਾ ਹੁੰਦਾ, ਪਰ ਅੱਜ ਇਹ ਚਾਹ ਹੈ ਰੰਗ ਬਿਰੰਗੀ। ਵੱਡੀਆਂ ਕੰਟਰੀਆਂ ਦੇ ਵਿੱਚ ਆਮ ਆ ਬਬਲ ਟੀ, ਅਤੇ ਇਹ ਆਪਾਂ ਅੰਮ੍ਰਿਤਸਰ ਕਾਰਡ ਦੇ ਵਿੱਚ ਲੈ ਕੇ ਆਏ ਹਾਂ ਪਹਿਲੀ ਵਾਰ। ਬਬਲ ਟੀ ਜਿਹੜੇ ਆਪਣੇ ਪ੍ਰੋਡਕਟ ਹੈ ਨਾ, ਖਾਸ ਮੇਨਲੀ ਜਿਹੜੇ ਤਾਈਵਾਨ ਦੇ ਪ੍ਰੋਡਕਟ ਆ, ਅਤੇ ਆਪਾਂ ਇੰਪੋਰਟ ਕਰਵਾਉਂਦੇ ਹਾਂ। ਔਰ ਜਦ ਚਾਹ ਠੰਡੀ ਹੋ ਜਾਵੇ ਤਾਂ ਹਰ ਕੋਈ ਕਹਿੰਦਾ ਹੁਣ ਕੀ ਫਾਇਦਾ ਪੀਣ ਦਾ, ਚਾਹ ਤਾਂ ਠੰਡੀ ਹੋ ਗਈ, ਪਰ ਇਸ ਵਿੱਚ ਬਰਫ਼ ਖਾਸ ਪਾਈ ਜਾਂਦੀ ਹੈ, ਇਸ ਨੂੰ ਠੰਡਾ ਕਰਕੇ ਪੀਤਾ ਜਾਂਦਾ। ਔਰ ਇਹ ਖਾਸ ਕਿਸਮ ਦੀ ਚਾਹ ਹੈ ਜੀ, ਜਿਸਦੀ ਕਹਿ ਸਕਦੇ ਹਾਂ ਤਾਰੀਫਾਂ ਤਾਂ ਇੰਨੀਆਂ ਕੁ ਸੁਣ ਲਈਆਂ ਨੇ ਕਿ ਅੱਜ ਨਿਊਜ਼ 18 ਵੀ ਅੱਜ ਆ ਪਹੁੰਚ। ਬਿਲਕੁਲ, ਇਹ ਠੰਡੀ ਚਾਹ ਆ ਸਰ, ਬਿਲਕੁਲ। ਇੱਦਾਂ ਫਲੇਵਰ ਵਾਈਜ਼ ਹੁੰਦੇ ਆ, ਆਪਣੇ ਕੋਲ ਕਾਫੀ ਤਰ੍ਹਾਂ ਦੇ ਫਲੇਵਰਸ ਆ ਬਬਲ ਟੀ ਦੇ ਵਿੱਚ, ਜਿੱਦਾਂ ਕਿ ਬਸ ਜਾ ਕੇ ਮੂੰਹ ਦੇ ਵਿੱਚ ਅਥੈਂਟਿਕ ਜਿਹਾ ਫਲੇਵਰ ਦਿੰਦੇ ਆ ਜਦੋਂ ਉਹ ਪੌਪ ਕਰਦੇ ਆ। ਅੰਮ੍ਰਿਤਸਰ ਸ਼ਹਿਰ ਆਪਣੇ ਖਾਣ ਪੀਣ ਕਰਕੇ ਜਾਣਿਆ ਜਾਂਦਾ, ਔਰ ਇਸ ਸ਼ਹਿਰ ਦੇ ਜ਼ਾਇਕਿਆਂ ਦੀਆਂ ਧੂਮਾਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਚੁੱਕੀਆਂ ਨੇ। ਔਰ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਖਾਸ ਕਿਸਮ ਦੀ ਚਾਹ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਣ ਲਿਆਏ ਹਾਂ। ਅਕਸਰ ਚਾਹ ਦਾ ਰੰਗ ਕਹਿ ਸਕਦੇ ਹਾਂ ਕਿ ਗੂੜਾ ਹੁੰਦਾ, ਪਰ ਅੱਜ ਇਹ ਚਾਹ ਹੈ ਰੰਗ ਬਿਰੰਗੀ। ਅੱਜ ਜਿਸ ਖਾਸ ਕਹਾਣੀ ਦੇ ਨਾਲ ਤੁਹਾਨੂੰ ਦੱਸਣ ਆਏ ਹਾਂ ਉਹ ਹੈ ਇੱਕ ਚਾਹ ਦੀ। ਤੁਸੀਂ ਦੇਖ ਸਕਦੇ ਹੋ ਕਿ ਸਾਊਥ ਕੋਰੀਆ ਦਾ ਇਹ ਜੋ ਸਵਾਦ ਹੈ, ਜਿਸ ਨੂੰ ਕਿ ਬੋਬਾ ਬਬਲ ਆਈਸ ਟੀ ਕਿਹਾ ਜਾਂਦਾ, ਔਰ ਇਸ ਸਿੱਖ ਨੌਜਵਾਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਸ ਸਵਾਦ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਕਿਉਂਕਿ ਇਹ ਸ਼ਹਿਰ ਪਹਿਲਾਂ ਹੀ ਜ਼ਾਇਕਿਆਂ ਕਰਕੇ ਜਾਣਿਆ ਜਾਂਦਾ। ਔਰ ਇੱਥੋਂ ਦੇ ਜ਼ਾਇਕਿਆਂ ਦੀਆਂ ਜੋ ਧੂਮਾਂ, ਜਿੱਦਾਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਉਹ ਦੇਸ਼ਾਂ ਵਿਦੇਸ਼ਾਂ ਤੱਕ ਨੇ, ਤਾਂ ਹੁਣ ਕਹਿ ਸਕਦੇ ਹਾਂ ਕਿ ਸਾਊਥ ਕੋਰੀਆ ਦਾ ਸਵਾਦ ਅੰਮ੍ਰਿਤਸਰ ਆ ਪਹੁੰਚਿਆ, ਔਰ ਬੜੇ ਹੀ ਸਤਿਕਾਰ ਨਾਲ, ਬੜੇ ਹੀ ਕਹਿ ਸਕਦੇ ਹਾਂ ਜੀ ਲਾਡ ਪਿਆਰ ਨਾਲ ਉਸਨੂੰ ਤਿਆਰ ਕੀਤਾ ਜਾਂਦਾ। ਔਰ ਕਹਿ ਸਕਦੇ ਹਾਂ ਕਿ ਅਕਸਰ ਅਸੀਂ ਜਦ ਘਰਾਂ ਵਿੱਚ ਚਾਹ ਦਾ ਸੇਵਨ ਕਰਦੇ ਹਾਂ ਤਾਂ ਆਪਣੇ ਆਪ ਦੇ ਵਿੱਚ ਇੱਕ ਮਿੱਠਾ ਵੱਖਰਾ ਸਵਾਦ ਹੁੰਦਾ, ਔਰ ਜਦ ਚਾਹ ਠੰਡੀ ਵੀ ਹੋ ਜਾਵੇ ਤਾਂ ਹਰ ਕੋਈ ਕਹਿੰਦਾ ਹੁਣ ਕੀ ਫਾਇਦਾ ਪੀਣ ਦਾ, ਚਾਹ ਤਾਂ ਠੰਡੀ ਹੋ ਗਈ, ਪਰ ਇਸ ਵਿੱਚ ਬਰਫ਼ ਖਾਸ ਪਾਈ ਜਾਂਦੀ ਹੈ, ਇਸ ਨੂੰ ਠੰਡਾ ਕਰਕੇ ਪੀਤਾ ਜਾਂਦਾ। ਔਰ ਇਹ ਖਾਸ ਕਿਸਮ ਦੀ ਚਾਹ ਹੈ ਜੀ, ਜਿਸਦੀ ਕਹਿ ਸਕਦੀਆਂ ਤਾਰੀਫਾਂ ਤਾਂ ਇੰਨੀਆਂ ਕੁ ਸੁਣ ਲਈਆਂ ਨੇ ਕਿ ਅੱਜ ਨਿਊਜ਼ 18 ਵੀ ਅੱਜ ਆ ਪਹੁੰਚਿਆ ਕਿ ਅਕਸਰ ਕਿਹੜੀ ਖਾਸੀਅਤ ਅਜਿਹੀ ਇਹਦੇ 'ਚ ਉਸ ਨੌਜਵਾਨ ਨੇ ਪਾ ਦਿੱਤੀ ਹੈ ਕਿ ਲੋਕ ਦੂਰੋਂ ਦੂਰੋਂ ਚੱਲ ਕੇ, ਈਵਨ ਕਿ ਦੂਜੇ ਸੂਬਿਆਂ ਦੇ ਜਿਹੜੇ ਲੋਕ ਇੱਥੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਹਰਜਿੰਦਰ ਸਿੰਘ ਹੈ ਸਰ। ਇੱਦਾਂ ਕਿ ਆਪਾਂ ਕਾਫੀ ਕੰਟਰੀ ਵਗੈਰਾ ਘੁੰਮੇ ਹੋਏ ਆ, ਜ਼ਾਇਕਾ ਜਿੱਦਾਂ ਕਹਿ ਸਕਦੇ ਹੋ ਬੰਬੇ ਵਗੈਰਾ, ਦਿੱਲੀ ਵਗੈਰਾ, ਵੱਡੀਆਂ ਕੰਟਰੀਆਂ ਦੇ ਵਿੱਚ ਆਮ ਆ ਬਬਲ ਟੀ, ਅਤੇ ਇਹ ਆਪਾਂ ਅੰਮ੍ਰਿਤਸਰ ਕਾਰਡ ਦੇ ਵਿੱਚ ਲੈ ਕੇ ਆਏ ਹਾਂ ਪਹਿਲੀ ਵਾਰ, ਜਿਹੜਾ ਕਿ ਅਤੇ ਇੱਥੋਂ ਆਪਾਂ ਸਟਾਰਟ ਕੀਤਾ, ਕਿਉਂਕਿ ਬਬਲ ਟੀ ਜਿਹੜੇ ਆਪਣੇ ਪ੍ਰੋਡਕਟ ਹੈ ਨਾ, ਖਾਸ ਮੇਨਲੀ ਜਿਹੜੇ ਤਾਈਵਾਨ ਦੇ ਪ੍ਰੋਡਕਟ ਆ, ਇਹ ਆਪਾਂ ਇੰਪੋਰਟ ਕਰਵਾਉਂਦੇ ਹਾਂ। ਠੀਕ ਹੈ ਜੀ, ਕੋਈ ਆਪਣਾ ਹੈਗਾ ਬ੍ਰਦਰ ਸੱਜਣ, ਉਹ ਆਪਣਾ ਇੰਪੋਰਟ ਕਰਵਾ ਕੇ ਦਿੰਦਾ ਇਹ ਪ੍ਰੋਡਕਟ, ਅਤੇ ਆਪਾਂ ਕਾਰਡ ਦੇ ਉੱਤੇ ਸ਼ੁਰੂ ਕੀਤਾ ਹੈ। ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਲਿਆਉਂਦਾ ਕਾਰਡ ਦੇ ਉੱਤੇ, ਮਕਸਦ ਹੀ ਕਿਉਂਕਿ ਜੋ ਲੋਕ ਵੱਧ ਪੈਸੇ ਖਰਚਦੇ ਆ ਰੈਸਟੋਰੈਂਟ ਵਗੈਰਾ ਦੇ ਵਿੱਚ, ਅਤੇ ਉਹ ਆਪਣੇ ਕੋਲ ਘੱਟ ਪੈਸਿਆਂ ਦੇ ਵਿੱਚ ਵੀ ਕਾਰਡ ਦੇ ਉੱਤੇ ਇੰਜੋਏ ਕਰ ਸਕਦੇ। ਬਿਲਕੁਲ, ਇਹ ਠੰਡੀ ਚਾਹ ਆ ਸਰ, ਬਿਲਕੁਲ। ਇੱਦਾਂ ਫਲੇਵਰ ਵਾਈਜ਼ ਹੁੰਦੇ ਆ, ਆਪਣੇ ਕੋਲ ਕਾਫੀ ਤਰ੍ਹਾਂ ਦੇ ਫਲੇਵਰਸ ਆ ਬਬਲ ਟੀ ਦੇ ਵਿੱਚ, ਜਿੱਦਾਂ ਕਿ ਬਸ ਜਾ ਕੇ ਮੂੰਹ ਦੇ ਵਿੱਚ ਅਥੈਂਟਿਕ ਜਿਹਾ ਫਲੇਵਰ ਦਿੰਦੇ ਆ ਜਦੋਂ ਉਹ ਪੌਪ ਕਰਦੇ ਆ। ਤਾਂ ਵਾ ਮੇਰੇ ਕੋਲ ਕੈਫੇ ਲਾਈਨ ਦਾ ਐਕਸਪੀਰੀਅੰਸ ਹੈਗਾ, ਜਿੱਦਾਂ 3 ਤੋਂ 4 ਸਾਲ ਦਾ, ਅਤੇ ਮੈਂ ਪਹਿਲਾਂ ਕੈਫੇ ਲਾਈਨ ਦੇ ਵਿੱਚ ਹੀ ਜੋਬ ਕਰਦਾ ਸੀ, 9 ਤੋਂ 5 ਜਾਂ ਕਹਿ ਲਓ 9 ਦੀ 5, ਤਾਂ ਫਿਰ ਰੇਸ ਦਾ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ, ਇਸ ਕਰਕੇ ਮੈਂ ਫਾਦਰ ਨੇ ਸਪੋਰਟ ਕੀਤਾ ਮੈਨੂੰ, ਅਤੇ ਮੈਂ ਆਪਣਾ ਕਾਰਡ ਦੇ ਉੱਤੇ ਸ਼ੁਰੂ ਕੀਤਾ। ਲੋਕ ਡੀਮੋਟੀਵੇਟ ਵੀ ਕਰਦੇ ਆ, ਪਰ ਹਮੇਸ਼ਾ ਫਾਦਰ ਨੇ ਮੋਟੀਵੇਟ ਕੀਤਾ, ਅਤੇ ਬਾਕੀ ਬ੍ਰਦਰ ਵਗੈਰਾ ਨਾਲ ਹਿੱਸਾ ਦਿੰਦੇ ਰਹੇ ਆਪਣਾ। ਲੋਕਾਂ ਦਾ ਰਿਸਪੋਂਸ ਬਹੁਤ ਵਧੀਆ ਆ ਰਿਹਾ, ਲੋਕ ਸਪੋਰਟ ਵੀ ਕਰ ਰਹੇ ਆ, ਅਤੇ ਅੰਮ੍ਰਿਤਸਰ ਦੇ ਵਿੱਚ ਸਟਾਰਟਅਪ ਕਰਨ ਦਾ ਵਧੀਆ ਮਤਲਬ ਆਪਣਾ ਬੈਨੀਫਿਟ ਹੋਇਆ। ਹਾਂਜੀ, ਪ੍ਰਾਈਸਿੰਗ ਜਿਹੜੀ ਹੈ ਇਹਦੀ 100 ਤੋਂ ਸਟਾਰਟ ਹੈ। ਲੋਕੇਸ਼ਨ ਜਿਹੜੀ ਆ ਆਪਣਾ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਵੂਮਨ ਵਾਲੀ ਗਲੀ ਦੇ ਬਿਲਕੁਲ ਓਪੋਜ਼ਿਟ ਆ, ਔਰ ਸ਼ਾਮੀ 4:30-5 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਹੁੰਦੇ ਆ। ਔਰ ਖਾਸ ਕਰਕੇ ਹੁਣ ਦੀ ਗੱਲ ਕਰੀਏ, ਗਰਮੀਆਂ ਦੇ ਵਿੱਚ ਅਕਸਰ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਨੇ, ਤਾਂ ਸ਼ਹਿਰ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਵਿਦੇਸ਼ੀ ਸਵਾਦ ਆਪ ਚੱਲ ਕੇ ਇੱਥੇ ਆ ਰਿਹਾ, ਔਰ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਇਹਨੂੰ ਇੰਪੋਰਟ ਕੀਤਾ ਜਾਂਦਾ, ਤਾਂ ਕਹਿ ਸਕਦੇ ਹਾਂ ਕਿ ਸਭਨਾਂ ਨੂੰ ਇੱਕ ਵਾਰ ਤਾਂ ਆ ਕੇ ਇਸਦਾ ਸਵਾਦ ਜ਼ਰੂਰ ਲੈਣਾ ਚਾਹੀਦਾ, ਦੇਖਣਾ ਚਾਹੀਦਾ ਕਿ ਕਿਹੜਾ ਅਜਿਹਾ ਸਵਾਦ ਹੈ ਕਿ ਲੰਬੀਆਂ ਕਤਾਰਾਂ ਲੱਗੀਆਂ ਨੇ, ਲੋਕ ਦੂਰੋਂ ਆ ਰਹੇ ਨੇ, ਤਾਰੀਫਾਂ ਦੇ ਪੁੱਲ ਬੰਨੇ ਜਾ ਰਹੇ ਨੇ, ਆਖਰ ਹੈ ਕੀ।
ਤਾਂ ਇਸਦਾ ਸਵਾਦ ਲੈਣ ਲਈ ਤੁਸੀਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਵੁਮੈਨ ਦੇ ਠੀਕ ਸਾਹਮਣੇ ਸ਼ਾਮ ਵੇਲੇ ਇੱਥੇ ਆ ਸਕਦੇ ਹੋ। ਔਰ ਇਸ ਨੌਜਵਾਨ ਦੇ ਵੱਲੋਂ ਇਹ ਕਾਰਟ ਬੀਤੇ ਮਹੀਨੇ ਤੋਂ ਲਗਾਈ ਨਹੀਂ ਸ਼ੁਰੂ ਕੀਤੀ ਗਈ ਆ, ਔਰ ਲੋਕਾਂ ਨੂੰ ਇਹੀ ਹੈ ਕਿ ਇੱਥੇ ਆਉਣ ਔਰ ਇਸਦਾ ਸਵਾਦ ਦਾ ਆਨੰਦ ਲੈਣ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।